ਕਸਨਪ੍ਰਾਭੂ ਜਿੰਨਾ ਖੇਤਾਂ ਦੇ ਵਿੱਚ ਪਹਿਲਾਂ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਸੀਗਾ ਤਾਂ ਬੱਲੀਆਂ ਨਿਕਲਣ ਸਮੇ ਬੱਲੀਆਂ ਸੁੱਕ ਰਹੀਆਂ ਮਰਝਾ ਰਹੀਆਂ ਝੰਡਾ ਪੱਤਾ ਜਿਹੜਾ ਉਹ ਬਿਲਕੁਲ ਸੁੱਕ ਜਾਂਦਾ ਹੈਗਾ ਤੇ ਆਹ ਵਾ ਤੁਹਾਨੂੰ ਇੱਕ ਸੁੰਡੀ ਵੀ ਦਿਖਾ ਰਿਹਾ ਤੇ ਇਹ ਜਿਹੜਾ ਹਜੇ ਰੰਗ ਪ੍ਰੋਪਰ ਗੁਲਾਬੀ ਨਹੀਂ ਹੋਇਆ ਇਹ ਹੁਣ ਨੀਂਦ ਵਸਤਾ ਚ ਪਈ ਐ ਸੁੰਡੀ ਇਹ ਘਟ ਖਾਂਦੀ ਐ ਪਰ ਜਿਵੇਂ ਜਿਵੇਂ ਗਰਮੀ ਵਧੇਗੀ ਓਵੇਂ ਓਵੇਂ ਅਗਲੀਆਂ ਸਟੇਜਾਂ ਇਹ ਮਲਟੀਪਲਾਈ ਸਟਾਰਟ ਕਰਨੀਆਂ ਕਰੇਗੀ ਤੇ ਤੁਹਾਨੂੰ ਕਣਕ ਦੇ ਵਿੱਚ ਇਹਦਾ ਹਮਲਾ ਕਿਤੇ ਕਿਤੇ ਦੇਖੇਗਾ ਬਹੁਤ ਜ਼ਿਆਦਾ ਗੌਰ ਕਰਨ ਦੇਣਾ ਮੈਂ ਖੇਤ ਦੇ ਜਾਵਾ ਬਿਲਕੁਲ ਵਿਚਾਲੇ ਖੜਾ ਹੋਇਆ ਤੇ ਇੱਥੇ ਮੈਨੂੰ ਇੱਕ ਬੂਟਾ ਲੱਗਿਆ ਤੇ ਮੈਂ ਕਿਹਾ ਵੀ ਇਸ ਤਰੀਕੇ ਦੇ ਨਾਲ ਬਾਕੀ ਸਾਰੇ ਬੱਤੇ ਸਹੀ ਐ ਤੇ ਇਹ ਇਸ ਤਰੀਕੇ ਨਾਲ ਖਰਾਬ ਕਿਉਂ ਆ ਤੇ ਜਦੋਂ ਆਪਾਂ ਉੱਪਰ ਖਿੱਚਿਆ ਤੇ ਇਹ ਜਿਹੜੀ ਹੱਥ ਦੇ ਵਿੱਚ ਆ ਜਾਂਦੀ ਹੈ ਦੀ ਪੰਸਰੀ ਤਾਂ ਇਹ ਤੁਹਾਨੂੰ ਹਮਲਾ ਦੇਖੀ ਸਕਦਾ ਜਿੱਥੇ ਖੇਤਾਂ ਦੇ ਵਿੱਚ ਪਹਿਲਾਂ ਗਲਾਬੀ ਸੁੰਡੀ ਹਮਲਾ ਹੋਇਆ ਤਾਂ ਬੜੀ ਕੋਈ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈਗੀ ਇਹ ਕਾਰਨ ਵੀ ਇਹੀ ਆ ਕਿ ਪੱਛਮੀ ਹਵਾਵਾਂ ਦਾ ਆਪਣੇ ਜ਼ਿਆਦਾ ਤਾਲਮੇਲ ਰਹਿੰਦਾ ਤੇ ਅਗੇਤੀਆਂ ਕਣਕ ਦੀਆਂ ਬਜਾਈਆਂ ਜਿਹੜੀਆਂ ਇਸ ਕੀੜ ਨੂੰ ਅ ਮਾਂਤਰਿਤ ਕਰਦੇ ਆ ਸਾਧੀਆਂ ਹੈਗੀਆਂ ਤੇ ਪਾਕਿਸਤਾਨ ਵਾਲੇ ਦਾ ਅਟੈਕ ਜਾਦੇ ਆ ਬਾਰਡਰ ਵੈਲਟ ਤੇ ਵੀ ਜਾਦੇ ਆ ਤੇ ਜਿੱਥੇ ਅਗੇਤੀਆਂ ਬਜਾਈਆਂ ਹੋ ਜਾਂਦੀਆਂ ਗਰਮੀ ਪੈ ਜਾਂਦੀ ਹੈ ਉੱਥੇ ਵੀ ਇਹਦਾ ਜਿਹੜਾ ਪਤੰਗਾ ਉਹ ਕਣਕ ਦੇ ਉੱਪਰ ਆਂਡੇ ਦੇ ਜਾਂਦਾ ਤੇ ਅੱਗੇ ਆਪਦੇ ਆਪ ਨੂੰ ਮਲਟੀਪਲਾਈ ਕਰਦਾ ਰਹਿੰਦਾ ਐਸ ਸਟੇਜ ਤੇ ਆ ਕੇ ਜਦੋਂ ਤੁਹਾਡੀ ਕੋਈ ਵੀ ਸਪਰੇਅ ਜਾ ਰਹੀ ਆ ਤਾਂ ਉਹਦੇ ਵਿੱਚ ਤੁਸੀਂ 100 ਗ੍ਰਾਮ ਪ੍ਰੋਕਲੇਮ ਤੇ ਕਰ ਸਕਦੇ ਹੋ ਜਾਂ 800 ਐਮ ਕਵਨਲ ਫੋਰਸ ਕਰ ਸਕਦੇ ਹੋ ਜਾਂ ਤੁਸੀਂ ਜਿਹੜੀਆਂ ਸਪਰੇਹਾਂ ਦੇ ਵਿੱਚ ਇਨਸੈਕਟੀਸਾਈਡ ਆ ਰਿਹਾ ਪਿੱਛੇ ਤੋਂ ਹੀ ਆ ਰਿਹਾ ਜਿਵੇਂ ਤੁਹਾਡੀ ਪਹਿਲਾਂ ਟ੍ਰਾਈਜੋ ਆਂਦੀ ਸੀਗੀ ਸਾਈਪਰਾ ਆਂਦੀ ਸੀ ਪਰ ਉਹ ਆਪਾਂ ਕਣਕ ਤੇ ਯੂਜ਼ ਨਹੀਂ ਕਰਦੇ ਹੈਗੇ ਥਰਨ ਗਰੁੱਪ ਤੱਕ ਕੋਈ ਵੀ ਕਣਕ ਤੇ ਯੂਜ਼ ਨਹੀਂ ਕਰਨਾ ਬੱਲੀਆਂ ਕਾਲੀਆਂ ਹੋ ਸਕਦੀਆਂ ਪਰ ਜਿਹੜਾ ਤੁਸੀਂ ਯੂਨੀਵਰਸਿਟੀ ਪਾਰਸ ਅਨਸਾਰ ਜਾਂ ਜਿਵੇਂ ਕਣਕ ਦੇ ਵਿੱਚ ਜਿਹੜੀ ਸ਼ੁਰੂਆਤ ਅਵਸਥਾ ਦੇ ਵਿੱਚ ਸੁੰਢੀ ਆਈ ਸੀ ਤੁਸੀਂ ਕੋਸ਼ਿਸ਼ ਕੀਤੀ ਕਿ نیچے ক্লোਰੋ ਪਾ ਲਈ ਜਾਵੇ ਲੈਂਡਾ ਕਨਫਿਡੋਰ ਜੋ ਪਾਈ ਜਾਂਦੇ ਨੇ ਡੈਂਟੋਲ ਪਾਈ ਜਾਂਦੇ ਨੇ ਪਰ ਉਹਨਾਂ ਨੂੰ ਨਹੀਂ ਉਸ ਤਰੀਕੇ ਨਾਲ ਯੂਜ਼ ਕਰਨ ਹੈਗਾ ਕੱਲੀ ਸਪਰੇਅ ਦੇ ਵਿੱਚ ਤੁਸੀਂ ਪ੍ਰੋਕਲੇਮ ਤੇ ਜਾਂ ਫਿਰ ਕਵਾਨਲ 4600 ਐਮਐਲ ਨੂੰ ਤੁਸੀਂ ਭਰ ਤੋਂ ਕਰ ਸਕਦੇ ਹੋ